ਦੇਖੋ ਸਾਰੀ ਪ੍ਰੈਸ ਦੀ ਗੈਲਰੀ ਦੇ ਅੰਦਰ ਪੂਰੀ ਪ੍ਰੈਸ ਬੈਠੀ ਹੁੰਦੀ ਆ ਅੱਜ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਇਤਿਹਾਸ ਆ ਪੰਜਾਬ ਵਿਧਾਨ ਸਭਾ ਦੀ ਹਿਸਟਰੀ ਆ ਕਿ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਤੌਰ ਮੁੱਖ ਮੰਤਰੀ ਸੌਂਚਣ ਤੋਂ ਪਹਿਲਾਂ ਪੰਜਾਬ ਅੰਦਰ ਕਿੰਨੀ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਆਪ ਲੀਡਰ ਆਫ ਦੀ ਆਪੋਜੀਸ਼ਨ ਜਿਹੜੇ ਹੋਣਗੇ ਉਹ ਖੁਦ ਮੰਤਰੀ ਰਹੇ ਉਹ ਤਾਂ ਕੈਮਰੇ ਤਾਂ ਉਹਨਾਂ ਨੇ ਤਾਂ ਲਾਈਵ ਕਦੇ ਕਰਾਇਆ ਹੀ ਨਹੀਂ ਸੀਗਾ ਉਹ ਤਾਂ ਸੈਸ਼ਨ ਦੇ ਅੰਦਰ ਜਿਹੜੀਆਂ ਡਿਬੇਟਾਂ ਹੁੰਦੀਆਂ ਸੀਗੀਆਂ ਉਹ ਵੀ ਘਟ ਦਿੰਦੇ ਸੀਗੇ ਇਹ ਉਹਨਾਂ ਦੇ ਸਮੇਂ ਦਾ ਇਤਿਹਾਸ ਅਸੀਂ ਦਰਸਤ ਕੀਤਾਗਾ ਵਿਧਾਨ ਸਭਾ ਪੰਜਾਬ ਦੇ ਲੋਕ ਪਹਿਲੀ ਵਾਰ ਲਾਈਵ ਦੇਖਣ ਲੱਗੇ ਨੇਗੇ ਸੋ ਉਹਨਾਂ ਨੂੰ ਇਹ ਫੈਸਲਾ ਸਵਾਗਤ ਕਰਨ ਦੀ ਬਜਾਏ ਇਸ ਤਰ੍ਹਾਂ ਦੀਆਂ ਜਿਹੜੀਆਂ ਅੜਚਣਾਂ ਖੜੀਆਂ ਕਰਦੇ ਨੇ ਬਿਲਕੁਲ ਅਸੀਂ ਵਿਧਾਨ ਸਭਾ ਦੇ ਅੰਦਰ ਸੌਰੀ ਕੋਰਟ ਦੇ ਅੰਦਰ ਜਾਵਾਂਗੇ ਮੈਟਰ ਸਭ ਜੁੜਾਈ ਸਾਂ ਪਰ ਲੇਕਿਨ ਸਾਰਾ ਕੁਝ ਕੈਮਰਾ ਦੇ ਸਾਹਮਣੇ ਹੁੰਦਾਗਾ ਇਹ ਲਾਈਵ ਕਾਉਣ ਲੱਗੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂਆਤ ਕੀਤੀ ਆ ਔਰ ਇਹ ਤਾਂ ਸਾਰਾ ਕੁਝ ਪੁਰਾਣੇ ਸਮੇਂ ਦੇ ਅੰਦਰ ਕਿਸ ਤਰ੍ਹਾਂ ਕਾਂਗਰਸ ਪਾਰਟੀ ਜਿਹੜੀ ਆ ਉਹ ਕਾਨੂੰਨ ਨੂੰ ਸਿੱਕੇ ਟੰਗਦੀ ਰਹੀ ਆ ਕਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਅੰਦਰ ਆਪੋਜੀਸ਼ਨ ਨੂੰ ਸਾਨੂੰ ਜਦੋਂ ਸੀ ਆਪੋਜੀਸ਼ਨ ਦੇ ਅੰਦਰ ਹੁੰਦੇ ਸੀਗੇ ਚਲੋ ਤਾਂ ਅੱਜ ਲਾਈਵ ਤਾਂ ਹੋਣਾ ਵੱਖਰੀ ਗੱਲ ਆ ਸਾਨੂੰ ਤਾਂ ਜਿਹੜੇ ਤੁਹਾਡੇ ਅਖਬਾਰ ਨੇ ਉਹਨਾਂ ਤੋਂ ਛੱਪੜ ਤੋਂ ਰੱਖ ਦਿੰਦੇ ਸੀਗੇ ਤੇ ਹੁਣ ਤਾਂ ਸਾਰਾ ਕੁਝ ਆਜ਼ਾਦ ਆਗਾ ਜੀ ਮਾ ਸਰ